ਇਹ ਰੇਡੀਓ ਸਟੇਸ਼ਨ ਭੱਟਾ ਚੋਕਲ ਮੰਗਲੀ ਦੂੜ ਤੇ ਕਾਲੀ ਖੱਡੇ ਹੁਣ ਤੋਂ ਖ਼ਬਰੀ ਲਾਰ ਸੰਜੂ ਸ਼ਰਮਾ ਕੋਲਾ ਸਮਾਚਾਰ ਸੁਨੋ ਅੱਜ ਪੇ ਗੱਜ ਕੇ ਐਸਐਸਬੀ ਦੇ ਕਮਾਂਡਰ ਚਿਬੜੂ ਰਾਮ ਹੋਰੇ ਇੱਕ ਹਾਈ ਲੈਵਲ ਮੀਟਿੰਗ ਦਾ ਆਯੋਜਨ ਕੀਤਾ ਤੇ ਜਿਹਦੇ ਵਿੱਚ ਉਹਨੇ ਆਖਿਆ ਕਿ ਜਿੰਨੇ ਵੀ ਕੋਟਾਲੇਵਾ ਕਰਦੇ ਨੇ ਨਹੀਂ ਛੱਪੀ ਚੋਰੀਏ ਕੀਤਾ ਜਾ ਤਾਂ ਕਿ ਲੋਕਾਂ ਕੀ ਪਤਾ ਆਦਾ ਨਹੀਂ ਲਗੀ ਸਕੇ ਦੂਵੇ ਪਾਸੇ ਕਮੇਟੀ ਆਏ ਦੇ ਕਮੇਟੀ ਦੇ ਮੈਂਬਰ ਰਮੇਲੂ ਰਾਮ ਹੋ ਰਹਿ ਗਿਆ ਕਿ ਇਸ ਵਾਰੀ ਸਬ ਇਨਸਪੈਕਟਰ ਦੀ ਭਰਤੀ ਦੇ ਵਿੱਚ ਪੈਸਾ ਕੱਟ ਲੇਤਾ ਗਿਆ ਜਿਹਦੇ ਕਰਨਾ ਸਾੜੇ ਕੁਝ ਗਰਦਾਰ ਮੈਂਬਰਾਂ ਸ਼ੋਰ ਪਾਉੜਿਆ ਤੇ ਲੋਕਾਂ ਕੀ ਪਤਾ ਲੱਗੀ ਆ ਤੇ ਲੋਕ ਰੋਡ ਉੱਪਰ ਆਈ ਆ ਤਾਂ ਨਾ ਪ੍ਰਦਰਸ਼ਨ ਕਰਨਾ ਸ਼ੁਰੂ ਹੋਈ ਏ ਇਹ ਗੱਲ ਸੁਣੀਏ ਚਿਬਲੂ ਰਾਮ ਰੇ ਗੁਸਾਈ ਆ ਤੇ ਉਹਨੇ ਆਖਿਆ ਕਿ ਅੱਜ ਹੀ ਦਸਿਆ ਨਹੀਂ ਪੋਸਟੇ ਦਾ ਘੋਸ਼ਣਾ ਕੀਤੀ ਜਾ ਤੇ ਜਿਹਦੇ ਵਿੱਚ ਜਾਦੇ ਕੋਲਾ ਜਾਦੇ ਫੀਸ ਲੇਤੀ ਜਾ ਤੇ ਵੱਧੋ ਵੱਧ ਪੈਸਾ ਵੀ ਇਹਦੇ ਚ ਲੇਤਾ ਜਾ ਤੇ ਕੋਟਾਲੇ ਵੀ ਕੱਸੀਏ ਕਿਤੇ ਜਾਣ ਲੇਕਿਨ ਲੋਕਾਂ ਕੀ ਪਤਾ ਨਹੀਂ ਲੱਗੀ ਸਕੇ ਦੂਏ ਪਾਸੇ ਮੰਗਲੀ ਦਰੋੜ ਤੇ ਕਾਲੀ ਖੜਦੀ ਸਰਕਾਰ ਆ ਘੋਸ਼ਣਾ ਪੱਤਰ ਜਾਰੀ ਕੀਤਾ ਤੇ ਜਿਹਦੇ ਵਿੱਚ ਉਹਨੇ ਆਖਿਆ ਕਿ ਪੋਸਤਾਂ ਵੱਧੋ ਵੱਧ ਕੱਢੀਆਂ ਜਾਂਗਣ ਜਿਹਦੇ ਵਿੱਚ ਪੈਸਾ ਕੱਸੀ ਹੇ ਲੇਤਾ ਜਾਗ ਤਾਂ ਕਿ ਅਸੀਂ ਕੀ ਸ਼ਰਾਬ ਤੇ ਮੁਰਗਾ ਖਾਣਾ ਇਸ ਤੱਕ ਕਿਸੇ ਪੈਸੇ ਦਾ ਕਮੀ ਦੀ ਸਾਹਮਣਾ ਨਹੀਂ ਕਰਨਾ ਪਾਉ ਹੈ ਉਨੇ ਇਹ ਵੀ ਅਖਿਆ ਕਿ ਆਗਰ ਅਸੀਂ ਕਿ ਪੈਸੇ ਦਾ ਕਮੀ ਦੇ ਸਾਹਮਣਾ ਕਰਨਾ ਪੋ ਤਾਂ ਇਹਨੇ ਪੋਸਟ ਨੇ ਕਿ ਰੱਦ ਕਰੀ ਦਿੱਤਾ ਜਾ ਤੇ ਇਹਨੇ ਪੋਸਟ ਨੇ ਦੁਬਾਰਾ ਰੀ ਐਡਵਰਟਾਈਜ਼ਮੈਂਟ ਕੀਤਾ ਜਾ ਤਾਂ ਕਿ ਅਸ ਦੁਬਾਰਾ ਉਹਦੀ ਫੀਸ ਕਲੈਕਟ ਕਰੀ ਹੈ ਤੇ ਆਪਣਾ ਸ਼ਰਾਬ ਤੇ ਮੀਟ ਦਾ ਪ੍ਰਬੰਧ ਕਰੀ ਸਕਣ ਖੀਰਿਆ ਚ ਖਾਸ ਖਾਸ ਖਬਰਾਂ ਇੱਕ ਵਾਰੀ ਪਰਤੀ ਸੁਣੀ ਲਾਓ ਸਬਨ ਇੰਸਪੈਕਟਰ ਦੇ ਪੇਪਰ ਦੇ ਵਿੱਚ ਉਹ ਇਹਦਾ ਘੁਟਾਲਾ सीबीआई ਕੋਲ ਚਲੀ ਗਿਆ ਹੈ ਤੇ सीबीआई ਦੇ ਕਮਾਂਡਰ ਸ਼ਾਦੀ ਲਾਲ ਹੋ ਰਹੇ ਚਿਬੜੂ ਰਾਮ ਹੋ ਰਹੇ ਆਸ਼ਵਾਸਨ ਦਲਾਇਆ ਹੈ ਕਿ RAM LAL ਸ਼ਾਮ ਲਾਲ ਗੋਪਾਲ ਦਾਸ ਤੇ ਮੋਨ ਲਾਲ ਹੋ ਰਹੇ ਨੌਕਰੀ ਜ਼ਰੂਰ ਦਿੱਤੀ ਜਾਗ ਲੇਕਿਨ ਉਹਨੇ ਇਹ ਵੀ ਆਖਿਆ ਹੈ ਕਿ ਇਹਦੇ ਘੁਟਾਲੇ ਦੇ ਵਿੱਚ ਸਾੜੇ ਵੀ ਕੁਝ ਹਿੱਸੇਦਾਰੀ ਰੱਖੀ ਜਾਗ ਉਨੇ ਕਰਨੇ ਇਹ ਵੀ ਅਸ਼ਵਾਸਨ ਦਲਾਇਆ ਕਿ ਅਗਲੀ ਵਾਰੀ ਕਦੇ ਵੀ ਇਹ ਕੁਟਾ ਲਾ ਕਰਨਾ ਹੋਊਗਾ ਤਾਂ ਸਾੜੀ ਵੀ ਹਿੱਸੇਦਾਰੀ ਜ਼ਰੂਰ ਰੱਖਣੀ ਪੋਗ ਤੇ ਕਦੇ ਵੀ ਤੁਸੀਂ ਕਿ ਇਹ ਨੇ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪੋਗ ਕਿਉਂਕਿ ਅਸੀਂ ਕੀ ਵੀ ਅੱਜਕੱਲ ਖਾਣੇ ਪੀਣਾ ਮੁਰਗਾ ਮੀਟ ਤੇ ਉਹਦਾ ਸ਼ੋਕ ਪਈ ਗਿਆ ਹੈ ਤੇ ਉਹਨੇ ਕੰਨੇ ਕੰਨੇ ਇਹ ਵੀ ਅਖਿਆਏ ਕਿ ਕਦੇ ਵੀ ਏ ਕੋਟਾਲਾ ਕਰਨਾ ਹੋ ਕ ਤਾਂ ਅਸੀਂ ਪੁੱਛੀ ਗਿਨੀਆ ਕਰਨਾ ਹੈ ਤਾਂ ਕਿ ਸਾੜੀ ਵੀ ਕੁਛ ਐਸੇਦਾਰੀਏ ਦੇ ਵਿੱਚ ਹੋ ਤੇ ਕਦੇ ਵੀ ਇਹ ਕੋਟਾਲਾ ਬਾਹਰ ਹੀ ਰਫਾ ਦਫਾ ਕਰੀ ਦਿੱਤਾ ਜਾ ਤੇ ਇਹਦੇ ਕੰਨੇ ਖਬਰੇ ਦਾ ਪਲੀਟਡ ਸਮਾਪਤ ਹੋਇਆ ਹੁਣ ਤੋਂ ਸੁਣੋ ਇੱਕ ਸਮੀਖਿਆ ਦੋਸਤੋ ਅੱਜ ਦੀ ਸਾੜੀ ਫਨੀ ਨਿਊਜ਼ ਬਣਾਉਣੇ ਦਾ ਇੱਕ ਤਾਂ ਸਾੜਾ ਹੀ ਮਕਸਦ ਹੈ ਕਿ ਤੁਸ ਲੋਗ ਇੰਟਰਟੇਨਮੈਂਟ ਹੋਈ ਸਕੋ ਤੇ ਦੂਆ ਸਾੜਾ ਇਹ ਮਕਸਦ ਹੈ ਕਿ ਜਿਹੜੇ ਸਾੜੇ ਵਿਚਾਰੇ ਮਿਹਨਤ ਕਰਾ ਕਰਦੇ ਲੋਗ ਹਨ ਉਨੇ ਕੀ ਹੁੰਦਾਕ ਨਹੀਂ ਮਿਲਿਆ ਕਰਦਾ ਤੇ ਅਸ ਚਾਹਨੇ ਆ ਕਿ ਕੁਝ ਸਾਡੇ ਇਮਾਨਦਾਰ ਜਿਹੜੇ ਅਫੀਸਰ ਲੋਗ ਹਨ ਐਸਾ ਨਹੀਂ ਹੈ ਕਿ ਸਾਰੇ ਲੋਗ ਕਰਪਟ ਹਨ ਬਹੁਤ ਸਾਰੇ ਲੋਗ ਜੇ ਕਿ ਇਨ ਇਮਾਨਦਾਰ ਉਹਨੇ ਇਮਾਨਦਾਰ ਸਾਡੇ ਅਫੀਸਰ ਕੀ ਅਗਿਆ ਆਉਣਾ ਚਾਹੀਦਾ ਹੈ ਤੇ ਅੱਗੇ ਆਈ ਹੈ ਇਹਨੇ ਮਾਮਲੇ ਦੀ ਣਕਾਰੀ ਕਰਨੀ ਚਾਹੀਦੀ ਹੈ ਤਾਂ ਕਿ ਸਾਡੇ ਜੇ ਕੇ ਵਿਚਾਰੇ ਮਿਹਨਤ ਕਰਨ ਵਾਲੇ ਲੋਗ ਉਹਨੇ ਕੀ ਆਪਣਾ ਹੱਕ ਮਿਲ ਹੀ ਸਕੇ ਤਾਂ ਇਹ ਸਾਡਾ ਅੱਜ ਦੀ ਨਿਊਜ਼ ਦੇਣ ਦਾ ਅਦੇਸ਼ਯਾ ਥਾ ਤੇ ਕੰਨਾਂ ਲੋਕਾਂ ਕੀ ਐਂਟਰਟੇਨਮੈਂਟ ਕਰਨਾ ਸਾਡਾ ਇੱਕ ਫਰਜ਼ ਬਣਦਾ ਆ ਤੇ ਸੱਚੀ ਗੱਲ ਵੀ ਸੁਣਾਉਣਾ ਸਾਡਾ ਇੱਕ ਫਰਜ਼ ਬਣਦਾ ਆ ਅਸਾ ਅਕਸਰ ਲੋਕਾਂ ਕੀ ਸੱਚੀ ਗੱਲ ਸੁਣਾਉਣੇ ਐ ਅਸਾ ਪਹਿਲਾਂ ਇੱਕ ਗਾਣਾ ਗੱਡਿਆ ਜਿਹਦੇ ਵਿੱਚ ਅਸਾਂ ਆਖਿਆ ਕਿ ਨੌਕਰੀ ਨਹੀਂ ਮਿਲਨੀ ਕਿਉਂਕਿ ਅਸਾਂ ਇੱਕ ਪੂਰੇ ਸਿਸਟਮ ਕੀ ਚੈੱਕ ਕਰੀ ਐ ਇਹ ਗਾਣਾ ਬਣਾਇਆ ਉਹ ਗਾਣਾ ਸਾਡਾ ਬੜਾ ਜਲਦੀ ਪ੍ਰੋਫੈਸ਼ਨਲੀ ਵੀ ਨਿਕਲਣ ਵਾਲਾ ਆ ਐ ਤੋ ਉਸ ਗਾਣੇ ਤੁਸੀਂ ਇਸ YouTube ਚੈਨਲ ਉੱਪਰ ਜੰਮੂ ਕੀ ਸ਼ਾਨ ਉੱਪਰ ਤੁਸੀਂ ਉਹ ਗਾਣਾ ਵੀ ਦੇਖਣੇ ਲੱਭੀ ਜਾਣਾ ਹੈ ਉਸ ਗਾਣੇ ਕੀ ਵੀ ਜ਼ਰੂਰ ਦੇਖਿਓ ਕਿਉਂਕਿ ਉਸ ਗਾਣੇ ਦੇ ਵਿੱਚ ਵੀ ਐਸਾ ਉਹਨੇ ਲੋਕਾਂ ਦੀ ਸਚਾਈ ਬੋਲੀ ਰਹੀ ਹੈ ਜੋ ਕਿ ਅੱਜ ਲੋਕਾਂ ਕੀ ਫੇਸ ਕਰਨਾ ਪਵਾਦਾ ਇਹ ਗੱਲ ਐਸਾ ਇੱਕ ਸਾਲ ਪਹਿਲਾਂ ਹੀ ਲੋਕਾਂ ਕੀ ਸੁਣਾਈ ਉੜੀ ਦੀ ਤੋ ਇਸ ਵਾਰੀ ਅਸੀਂ ਬੜਾ ਦੁੱਖ ਹੋਇਆ ਇਹ ਨਿਊਜ਼ ਜੇ ਕਿ ਐਸਾ ਬਣਾਈ ਦੀ ਹੈ ਸਪੈਸ਼ਲ ਇਹ ਦੱਸ ਤੱਕ ਬਣਾਈ ਦੀ ਹੈ ਕਿ ਸਾਡੇ ਇਮਾਨਦਾਰ ਜੇ ਕਿ ਆਫੀਸਰ ਉਹ ਅੱਗੇ ਆਉਣ ਤੋ ਕੁਛ ਨਾ ਕੁਛ ਥੋੜਾ ਬਹੁਤ ਸਾੜੇ ਪੜੇ ਲਿਖਿਆ ਲੋਕ ਐ ਬਾਰੇ ਸੋਚਣ ਕਿਉਂਕਿ ਇਹ ਜੇ ਕੀ ਕ腐ਸ਼ਨ ਹੋਆ ਕਰਦੀ ਹੈ ਇੱਕ ਕੁਛ ਲੈਵਲ ਉਪਰ ਆਵਾ ਦਿਆ ਸੀ ਕੋਈ ਪਤਾ ਨਹੀਂ ਹੈ ਲੋਕ ਬਚਾਰੇ ਸੜਕਾਂ ਉਪਰ ਧੰਨੇ ਪ੍ਰਦਰਸ਼ਨ ਕਰੀਏ ਪਰੇਸ਼ਾਨ ਤੇ ਉਹਨੇ ਇਹ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੋਆ ਤਾਂ ਜੈ ਡੁੱਗਰ ਜੈ ਮਾ ਡੋਗਰੀ ਜੈ ਹਿੰਦ ਤੇ ਜੈ ਭਾਰਤ ਬੰਦੇ ਮਾਤਰਮ